ਚੁੱਲਿਆਂ ਦੀ ਅੱਗ ਬੁੱਝ ਗਈ ਤੇ ਸਿਵਿਆਂ ਦੀਆਂ ਲਾਟਾਂ ਉੱਚੀਆਂ ਹੁੰਦੀਆਂ ਜਾਂਦੀਆਂ ਇਹ ਮੇਰੇ ਬੋਲ ਨਹੀਂ ਗਏ ਇਹ ਭਗਵੰਤ ਮਾਨ ਦੇ ਬੋਲ ਜਦੋਂ ਮੁੱਖ ਮੰਤਰੀ ਬਣ ਤੋਂ ਪਹਿਲਾਂ ਦੀਆਂ ਗੱਲਾਂ ਕਰਦਾ ਸੀ ਫਿਰ ਇਹਦਾ ਜਿਹੜਾ ਕੇਸਰੀ ਆਲਾ ਅੱਧਾ ਕਿਲੋ ਦੀ ਲਾ ਕੇ ਆਣਕ ਜਿਹੜਾ ਪੰਜਾਬ ਨੂੰ ਝੂਠ ਮਾਰ ਮਾਰ ਕੇ ਸਰਕਾਰ ਬਣਾ ਕੇ ਗਿਆ ਉਹਦੇ ਇਹ ਬੋਲ ਸੀ ਕਿ ਜੇ ਹਮਾਰਾ ਮੁੱਖ ਮੰਤਰੀ ਇਮਾਨਦਾਰ ਹੈ ਤਾਂ ਉਹ ਡੀਜੀਪੀ ਕੋ ਬੋਲੇਗਾ ਮੁਝੇ 10 ਦਿਨ 10 ਦਿਨ ਦੇ ਅੰਦਰ ਅੰਦਰ ਇਹ ਸਭੀ ਨਸ਼ਾ ਤਖਸਰ ਜੇਲ੍ਹੋਂ ਦੇ ਅੰਦਰ ਚਾਹੀਏ ਹੁਣ ਇਹ ਮੈਨੂੰ ਦੱਸੋ ਪਹਿਲਾ ਕੇਸਰੀਆਲ ਦੀ ਗੱਲ ਕਰੀਏ ਕੀ ਹੈ ਜਿਹੜਾ ਭਗਵੰਤ ਮਾਨ ਜੇ ਕਰੇ ਇਹ ਇਮਾਨਦਾਰਾ ਫਿਰ ਕਿਉਂ ਨਹੀਂ ਇਹ ਕਹਿੰਦਾ ਵੀ ਚਿੱਟਾ 10 ਦਿਨਾਂ ਦੇ ਵਿੱਚ ਵਿੱਚ ਬੰਦ ਹੋਣਾ ਚਾਹੀਦਾ ਕਿਹੜੀਆਂ ਗੱਲਾਂ 'ਚ ਲੰਮਾ ਚੱਲਿਆ ਫਿਰ ਮੈਂ ਦੂਜੇ ਨੰਬਰ ਤੇ ਇਹ ਗੱਲ ਕਰਾਂ ਭਗਵੰਤ ਮਾਨ ਨੇ ਕਿਹਾ ਸੀ ਕਿ ਦੁਨੀਆ ਦੇ ਵਿੱਚ ਸਭ ਤੋਂ ਬੋਝੀ ਉਹਨੂੰ ਮੰਨਿਆ ਜਾਂਦਾ ਜਿਹਦੇ ਬਾਪ ਦੇ ਕੰਦੇ ਤੇ ਪੁੱਤ ਦੀ ਅਰਥੀ ਗਈ ਹੋਵੇ ਸਭ ਤੋਂ ਵੱਡਾ ਬੋਝ ਉਹਦੇ ਤੇ ਹੁੰਦਾ ਹਲੇ ਵੀ ਬਾਦਨ ਸੀ ਬੜਿਆ ਇਹੋ ਜੇ ਬਾਪ ਆ ਤੇ ਹਲੇ ਹੋਰ ਬਨਣਗੇ ਵੀ ਪਰ ਮੈਨੂੰ ਹੁਣ ਭਗਵਾਨ ਤਮਨਸਿਆ ਤੂੰ ਦੱਸ ਇਹ ਸਾਡੇ ਬੋਲ ਨਹੀਂਗੇ ਇਹ ਬੋਲ ਤੇਰੇ ਆ ਤੇਰੇ ਮੁੱਖ ਮੰਤਰੀ ਕੇਜਰੀਵਾਲ ਦੇ ਆ ਅੱਜ ਕਿਉਂ ਨਹੀਂ ਪੰਜਾਬ ਦੇ ਵਿੱਚ ਚਿੱਟਾ ਬੰਦ ਹੋ ਰਿਹਾ ਔਰ ਤੁਹਾਡੇ ਤਾਂ ਹੱਥ ਖੜੇ ਹੋ ਜਾਂਦੇ ਆ ਨਾ ਬੰਦ ਕਰਨ ਦੇ ਵਿੱਚ ਵੀ ਭਾਈ ਸਾਡੇ ਤੇ ਹੱਥ ਖੜੇ ਵੀ ਸਾਥੋਂ ਬੰਦ ਨਹੀਂ ਹੋਣਾ ਜਦੋਂ ਕੋਈ ਨਾ ਕੋਈ ਇੱਥੇ ਸਾਡੇ ਪੰਜਾਬ ਦੇ ਵਿੱਚ ਚਿੱਟੇ ਨੂੰ ਰੋਗ ਥਾਮ ਲਾਉਂਦਾ ਉਹਨੂੰ ਜੇਲ੍ਹਾਂ ਦੇ ਵਿੱਚ ਕਿਉਂ ਸਿੱਟਿਆ ਜਾਂਦਾ ਆ ਜਿਹੜਾ ਝੋਟਾ ਝੋਟੇ ਤੇ ਇੱਥੇ ਹੱਥ ਨੂੰ ਬਿਜਲੀਆਂ ਲਾਈਆਂ ਉਹਦੀਆਂ ਉਂਗਲਾਂ ਤੇ ਉਵੇਂ ਫੋਟੋ ਵਾਇਰਲ ਹੋ ਰਹੀਆਂ ਇਹ ਆ ਚੈੱਕ ਕਰੋ ਕੁਬਾਮੀਆਂ ਅੱਗਾ ਦੀਆਂ ਲਾਟਾਂ ਉੱਚੀਆਂ ਹੁੰਦੀਆਂ ਹੋਣ ਇਹ ਨਕਮੀਆਂ ਤੇ ਮਾੜੀਆਂ ਸਰਕਾਰਾਂ ਦੀ ਨਿਸ਼ਾਨੀ ਹੁੰਦੀ ਹੈ ਹੁਣ ਜੇਕਰ ਤੇਰੀ ਚੰਗੀ ਸਰਕਾਰ ਆ ਭਗਵਾਨ ਤੁਮਾਨ ਸਿਆ ਕਿਉਂ ਨਹੀਂ ਇਹ ਚਿੱਟਾ ਬੰਦ ਹੋ ਰਿਹਾ ਕਿਉਂ ਤੂੰ ਮਾੜੀ ਸਰਕਾਰ ਆ ਤੇਰੀ ਇਹ ਕਿ ਜਿੰਨੀ ਤੇਰੀ ਮਾੜੀ ਸਰਕਾਰ ਦੇ ਵਿੱਚ ਇਹ ਕੰਮ ਹੋ ਰਹੇ ਆ ਇਹ ਕਿਸੇ ਦੇ ਵਿੱਚ ਵੀ ਨਹੀਂ ਹੋ ਰਹੇ ਤੇਰਾ ਕੰਮ ਤਾਂ ਹੋ ਗਿਆ ਪੰਜਾਬ ਦੇ ਲੋਕਾਂ ਨੂੰ ਤੂੰ ਪੌੜੀ ਤੇ ਚੜਾ ਕੇ ਥੱਲੋਂ ਪੌੜੀਆਂ ਖਿੱਚਦਾ ਫਿਰਦਾ ਭਗਵੰਤ ਮਾਨਸ ਆਪ ਹੀ ਲੋਕਾਂ ਨੂੰ ਕਹਿੰਦਾ ਸੀ ਬੋਲ ਜੇਕਰ ਉਹਨ ਲੋਕ ਬੋਲਣ ਲੱਗ ਗਏ ਤੂੰ ਪੌੜੀਆਂ ਖਿੱਚ ਰਿਆਂ ਭਗਵੰਤ ਮਾਨਸ ਸਭ ਤੋਂ ਵੱਡੀ ਗੱਲ ਤੇਰੇ ਤੇ ਆਉਂਦੀ ਆ ਆ ਜਿਹੜਾ ਝੋਟਾ ਮਾਨਸੇ ਵਾਲਾ ਇਹਦੇ ਹੱਥ ਦੇਖ ਕੇ ਇਹ ਫੋਟੋ ਮੈਂ ਵਾਇਰਲ ਹੋ ਰਹੀਆਂ ਫੋਟੋ ਤੇ ਲਿਖਿਆ ਕਹਿੰਦੇ ਉਂਗਲਾਂ ਨੂੰ ਕਰੰਟ ਲਾਏ ਮੈਨੂੰ ਅੱਜ ਦੱਸ ਦੇ ਕਿ ਚਿੱਟਾ ਬੰਦ ਕਿਉਂ ਨਹੀਂ ਹੋ ਰਿਹਾ ਜਿਹੜੇ ਬੰਦ ਕਰਾਉਣ ਵਾਲੇ ਆ ਉਹਨਾਂ ਨੂੰ ਕਿਉਂ ਚੱਕਿਆ ਜਾਂਦਾ ਕਿਉਂ ਨਹੀਂ ਉਹ ਵਿਅਕਤੀ ਨੂੰ ਚੱਕਿਆ ਜਾਂਦਾ ਕੀ ਤੁਹਾਡੇ ਡਿਪਾਰਟਮੈਂਟਾਂ ਨੂੰ ਪਤਾ ਨਹੀਂਗਾ ਕਿਥੇ ਕੌਣ ਚਿੱਟਾ ਵੇਚਦਾ ਇੱਕ ਆਪਣੇ ਬੜੇ ਪੁਰਾਣੇ ਮੁੱਖ ਮੰਤਰੀ ਦੀ ਗੱਲ ਸੀਗੀ ਉਹ ਗੱਲ ਐਸੀ ਕਿ ਚਾਹੇ ਉਹ ਇੱਕ ਬੰਦੇ ਕੋਲ ਮੱਝਾਂ 5 ਹੋਣ ਚਾਹੇ ਉਹਦੇ ਕੋਲ ਮੱਝਾਂ 50 ਹੋਣ ਚਾਹੇ ਉਹਦੇ ਕੋਲ ਮੱਝ 500 ਹੋਵੇ ਕਾਏ ਉਹਦੇ ਕੋਲ ਮੱਝ 5000 ਹੋਵੇ ਉਹਨੂੰ ਚੰਗੀ ਤਰ੍ਹਾਂ ਪਤਾ ਕਿਹੜੀ ਮੱਝ ਕਿੱਥੇ ਕਿੰਨਾ ਦੁੱਧ ਦਿੰਦੀ ਆ ਕਿਹੜੀ ਮੱਝ ਛੜ ਨਹੀਂ ਮਾਰਦੀ ਇਸ ਕਰਕੇ ਭਗਵੰਤ ਮਾਨਸਿਆ ਤੂੰ ਪੰਜਾਬ ਦੇ ਵਿੱਚ ਜਿਹੜੇ ਵਿਅਕਤੀ ਆ ਜਾਂ ਤੁਹਾਡੇ ਜਿਹੜੇ ਡਿਪਾਰਟਮੈਂਟ ਆ ਉਹਨਾਂ ਨੂੰ ਪਤਾ ਕਿ ਮੱਝਾਂ ਕਿੱਥੇ ਕਿੱਥੇ ਬੈਠੀਆਂ ਕਿਹੜੀ ਕਿਹੜੀ ਮੱਝ ਕਿੰਨਾ ਚਿੱਟਾ ਵੇਚਦੀ ਆ ਕੋ ਫੜੋ ਉਹਨਾਂ ਨੂੰ ਯਾਰ ਜਿਹੜੇ ਸਮਾਂ ਦੀ ਤੁਸੀਂ ਇਹੋ ਜਿਹੇ ਨੌਜਵਾਨਾਂ ਦਾ ਸਾਥ ਲਓ ਔਰ ਮੈਂ ਇੱਥੇ ਕਵਾਂ ਕੀ ਔਰ ਕੀ ਕਵਾਂ ਕੀ ਤੁਹਾਨੂੰ ਇੱਥੇ ਜਿਹੜਾ ਬੰਦਾ ਨਸ਼ਾ ਬੰਦ ਕਰਾਉਣ ਹੁੰਦਾ ਤੁਸੀਂ ਉਹਨੂੰ ਚੱਕ ਕੇ ਅੰਦਰ ਠੋਕਦੇ ਆ ਕਿਉਂਕਿ ਪੁੱਤ ਥੋੜੇ ਨਹੀਂ ਮਰੀ ਜਾਂਦੇ ਪੁੱਤ ਸਾਡੇ ਮਰੀ ਜਾਂਦੇ ਆ ਨਸ਼ਿਆਂ ਦੇ ਨਾਲ ਕਿਉਂਕਿ ਜਿਹੜੇ ਪੋਤਾ ਇਸ ਤੁਹਾਡੇ ਇਹਨਾਂ ਜਿਹੜਾ ਆ ਖੁੱਲਾ ਕੰਮ ਚੱਲ ਪਿਆ ਜੰਗਲ ਜੰਗਲ ਚੱਲ ਪਿਆ ਜਿਹੜਾ ਜੰਗਲਾਂ ਵਾਲਾ ਚੱਲ ਪਿਆ ਨਾ ਜਿਹੜਾ ਵੀ ਚਲੋ ਜੀ ਜਿਹੜਾ ਤਗੜਾ ਉਹਨੂੰ ਸਲੂਟ ਤੇ ਜਿਹੜਾ ਮਾੜਾ ਉਹਨੂੰ ਲਾਠੀ ਇਸ ਕਰਕੇ ਸਾਡੇ ਪੰਜਾਬ ਦੇ ਨੌਜਵਾਨ ਸਾਡੇ ਪੰਜਾਬ ਦੀਆਂ ਧੀਆਂ ਪੁੱਤਾਂ ਇਥੋਂ ਪੰਜਾਬ ਛੱਡ ਛੱਡ ਕੇ ਸੱਤ ਸਮੁੰਦਰੋਂ ਬਾਹਰ ਜਾਈ ਜਾਂਦੇ ਆ ਤੂੰ ਗੱਲਾਂ ਕਰਦਾ ਸੀ ਦੂਜਿਆਂ ਤੇ ਕਿ ਆਹ ਸਰਕਾਰ ਨੇ ਸਾਡੇ ਬੱਚੇ ਬਾਹਰ ਭੇਜਤੇ ਤੇਰੀ ਸਰਕਾਰ ਦੇ ਵਿੱਚ ਕਿੰਨੇ ਵੀਜੇ ਲੱਗੇ ਆ ਕਿੰਨੇ ਵੇਖ ਪਾਸਪੋਰਟ ਬਣਿਆ ਵੱਧ ਗਿਣਤੀ ਆਊਗੀ ਦੂਜੀਆਂ ਸਰਕਾਰਾਂ ਨਾਲੋਂ ਕਿਹੜੀਆਂ ਗੱਲਾਂ ਬੋਲਦਾ ਸੀ ਔਰ ਅੱਜ ਤੂੰ ਕੀ ਬਣ ਗਿਆ ਭਗਵੰਤ ਮਾਨਸਿਆ ਕੁਰਸੀ ਨੂੰ ਕੀ ਇਹੋ ਜਿਹਾ ਲੱਗਿਆ ਕਿਹੜਾ ਕੁਰਸੀ ਤੇ ਉਹਨਾਂ ਨੇ ਫੰਭਾਰੇ ਨਾਲ ਇਹੋ ਜਿਹਾ ਕੈਮੀਕਲ ਸਿੱਟਿਆ ਕਿ ਜਿਹੜਾ ਅੱਜ ਇੱਕ ਮੁੱਖ ਮੰਤਰੀ ਬੋਲਦਾ-ਬੋਲਦਾ ਜਾਗਦੀ ਜ਼ਮੀਰ ਆ ਕਿਹੇਸਰੀਆਲ ਨੇ ਪਤਾ ਨਹੀਂ ਕਿਹੜੀਆਂ ਲਫਾਸਦੀਆਂ ਗੋਲੀਆਂ ਪਾਈਆਂ ਕਿ ਤੁਹਾਡੀਆਂ ਜ਼ਮੀਰਾਂ ਮਰ ਗਈਆਂ ਇਹ ਗੱਲਾਂ ਮੇਰੀਆਂ ਨਹੀਂ ਇਹ ਗੱਲਾਂ ਤੁਹਾਡੀਆਂ ਹੀ ਬੀਬਾਂ ਨਮੋਲ ਗਗਨ ਮੰਨਦੀਆਂ ਸੀ ਜਦੋਂ ਤੁਹਾਡੀ ਸਰਕਾਰ ਨਹੀਂ ਸੀ ਇਹ ਬੀਬਾਂ ਕਹਿੰਦੀ ਸੀ ਕਿ ਇੰਨਾ ਮੰਤਰੀਆਂ ਦੀਆਂ ਜ਼ਮੀਰਾਂ ਮਰੀਆਂ ਹੋਈਆਂ ਦਿਲ ਹੈਨਿੰਗ ਨੀਤਾ ਖਰਾਬ ਅੱਜ ਭਗਵਾਨ ਕਮਾਨਸਿਆਂ ਜੇ ਤੇਰੀ ਨੀਤ ਸਹੀ ਆ ਜੇ ਅੱਜ ਤੇਰੇ ਵਿੱਚ ਦਿਲ ਹੈਗਾ ਜੇ ਤੁਹਾਡੇ ਵਿੱਚ ਜ਼ਮੀਰ ਹੈਗੀ ਆ ਕਿਉਂ ਫਿਰ ਸਾਡੇ ਪੁੱਤ ਮਰ ਰਹੇ ਆ ਨਸ਼ਿਆਂ ਦੇ ਨਾਲ ਕੋਈ ਕਾਪਿਆਂ ਦੇ ਨਾਲ ਵੱਢਿਆ ਜਾ ਰਿਹਾ ਕੋਈ ਗੋਲੀਆਂ ਦੇ ਨਾਲ ਮਾਰਿਆ ਜਾ ਰਿਹਾ ਕੋਈ ਸਾਡਾ ਪੁੱਤ ਜਿਹੜਾ ਨਸ਼ੇ ਦੇ ਨਾਲ ਮਰ ਰਿਹਾ ਅੱਜ ਵੀ ਜਿਹੜੇ ਬਾਪ ਆ ਉਹ ਮੋਢੇ ਤੇ ਆਪਦੇ ਚੱਕ ਪੁੱਤਾਂ ਦੀਆਂ ਅਰਥੀਆਂ ਲੈ ਕੇ ਤੁਰਦੇ ਆ ਓਏ ਗੱਲਾਂ ਆ ਲਿਆ ਮੁੱਖ ਮੰਤਰੀ ਆ ਇਨਾ ਅਕਚਰ ਲੋਕਾਂ ਨੂੰ ਗੱਲਾਂ ਸੁਨਾਸਨਾ ਕੇ ਟਾਈਮ ਪਾਸ ਕਰੀ ਜਾਏਗਾ ਮੈਨੂੰ ਇੱਥੇ ਐ ਕਿਉਂ ਲੱਗਦਾ ਕਿ ਇੱਕ ਕਮੇਡੀ ਵਾਲਾ ਮੁੱਖ ਮੰਤਰੀ ਸੀ ਮਤਲਬ ਕਮੇਡੀਅਨ ਵਿਅਕਤੀ ਸੀ ਉਸ ਕਮੇਡੀਅਨ ਵਿਅਕਤੀ ਨੇ ਲੋਕਾਂ ਦੇ ਨਾਲ ਕਮੇਡੀ ਕਰਕੇ ਲੋਕਾਂ ਦੇ ਨਾਲ ਜਿਹੜਾ ਕਹ ਲੋ ਇੱਕ ਛੁਟਕਲਾ ਕਰ ਗਿਆ ਤੇ ਅੱਜ ਲੋਕ ਰੋਂਦੇ ਫਿਰਦੇ ਆ ਲੋਕਾਂ ਨਾਲ ਵੀ ਐਵੇਂ ਹੋਣੀ ਚਾਹੀਦੀ ਸੀ ਕਿਉਂਕਿ ਜਿਹੜੇ ਸਾਡੇ ਲੋਕ ਲਾਲਚਾਂ ਦੇ ਵਿੱਚ ਫਸੇ ਹੋਏ ਆ ਜਿਹੜਾ ਬੰਦਾ ਚੱਜ ਦੀ ਰੋਟੀ ਖਾਂਦਾ ਉਹ ਵੀ ਕਹੂਗਾ ਕਿ ਹੁਣ ਬਦਲਾ ਲਿਆਉਣਾ ਆ ਲਿਆ ਬਦਲਾ ਕਿਹੜਾ ਬਦਲਾ ਲਿਆਉਣਾ ਇਸੇ ਬਦਲਾ ਦੇ ਵਿੱਚ ਤੇ ਤੇਰੇ ਬੱਚੇ ਸੱਤ ਸਮੁੰਦਰੋਂ ਪਾਰ ਜਾਣਗੇ ਇਸੇ ਬਦਲਾ ਦੇ ਵਿੱਚ ਤੇਰੇ ਬੱਚੇ ਇਸ ਦੁਨੀਆ ਤੋਂ ਬਾਹਰ ਜਾਣਗੇ ਉਹ ਦੁਨੀਆ ਤੋਂ ਬਾਹਰ ਕਿਵੇਂ ਆ ਨਸ਼ੇ ਦੇ ਕਾਰਨ ਕਾਪਿਆਂ ਦੇ ਕਾਰਨ ਇਹ ਭਗਵੰਤ ਮਾਨ ਸਿਰਫ ਤੇ ਸਿਰਫ ਗੱਲਾਂ ਵਾਲਾ ਬੰਦਾ ਨਿਕਲਿਆ ਭਗਵੰਤ ਮਾਨ ਜੀ ਮੈਨੂੰ ਇਸ ਗੱਲ ਤੇ ਕੋਈ ਗੁੱਸਾ ਨਹੀਂ ਸੀਗਾ ਪਰ ਜਦੋਂ ਮੈਂ ਉਸ ਵਿਅਕਤੀ ਦੇ ਹੱਥ ਵੇਖੇ ਉਹਦੇ ਕੰਰਟ ਵਾਲੀਆਂ ਮੈਂ ਫੋਟੋ ਵੇਖੀਆਂ ਕਿ ਮੈਂ ਸੋਚਿਆ ਯਾਰ ਵੀ ਇਹ ਉਹੀ ਮੁੱਖ ਮੰਤਰੀ ਆ ਜਿਹੜਾ ਗੱਲਾਂ ਕਰਦਾ ਸੀ ਅੱਜ ਨਸ਼ੇ ਦੇ ਆ ਜਿਹੜੇ ਨਸ਼ੇ ਦਾ ਹਰ ਤੱਕ ਕਦੋਂ ਚਿਰਦਾ ਆਇਆ ਹੋਇਆ ਉਹਦੇ ਵਿੱਚ ਕੋਈ ਨਾ ਕੋਈ ਕਿਸ਼ਤੀ ਲੈ ਕੇ ਆਉਂਦਾ ਜਿਹੜਾ ਕਿਸ਼ਤੀ ਲੈ ਕੇ ਬਚਾਉਣ ਵਾਸਤੇ ਆਉਂਦਾ ਲੋਕਾਂ ਨੂੰ ਤੁਸੀਂ ਉਹਨਾਂ ਦੇ ਉਹੀ ਬਦਨਾ ਚੱਕ ਕੇ ਅੰਦਰ ਸਿੜਦੇ ਆ ਇਹ ਕਾਰਨ ਕੀ ਆ ਇਹ ਤੁਸੀਂ ਝੋਟਿਆਂ ਵਰਗੇ ਨੂੰ ਅੰਦਰ ਨਹੀਂ ਦਿੱਤਾ ਇਹ ਤੁਸੀਂ ਉਸ ਪੰਜਾਬੀਆਂ ਦਾ ਦਿਲ ਅੰਦਰ ਕਰ ਦਿੱਤਾ ਜਿਹੜੇ ਪੰਜਾਬੀ ਹਰ ਪਿੰਡ ਦੇ ਵਿੱਚੋਂ ਇੱਕ ਨਾ ਇੱਕ ਵਿਰੋਧੀ ਬਾਨਾ ਚਾਹੁੰਦਾ ਸੀ ਅੱਜ ਉਹਨਾਂ ਦਾ ਤੁਸੀਂ ਦਿਲ ਡਰਾ ਕੇ ਰੱਖ ਦਿੱਤਾ ਭਗਵੰਤ ਮਾਨਸਾ ਕਰ ਚਿੱਟਾ ਬੰਦ ਛੜਵਾ ਬੰਦੇ ਜਿਹੜੇ ਨਸ਼ੇ ਰੋਕਦੇ ਆ ਦੇ ਖੁੱਲੀ ਸ਼ੂਟ ਜੇ ਤੁਹਾਡੇ ਤੋਂ ਨਹੀਂ ਫੜੀਦੇ ਤੇ ਜਿਹੜੇ ਪਿੰਡਾਂ ਦੇ ਵਿੱਚ ਬੰਦੇ ਨਸ਼ਾ ਵੇਚਦੇ ਆ ਜਿਹੜੇ ਛੋਟੇ-ਛੋਟੇ ਬੰਦੇ ਆ ਪਹਿਲਾ ਇਹਨਾਂ ਨੂੰ ਫੜੋ ਪਤਾ ਲੱਗੇ ਇਹਨਾਂ ਨੂੰ ਕਹਿਣਾ ਕੁਛ ਨਹੀਂ ਇਹਨਾਂ ਦਾ ਗੁੱਟ ਫੜ ਲਓ মিডিਆਗੇ ਪਤਾ ਨਾ ਲੱਗੇ ਪੁੱਛੋ ਇਹਨਾਂ ਨੂੰ ਕਿੱਥੋਂ ਲਿਆਉਂਦੇ ਆ ਉਹ ਗਾਂਦੀਆਂ ਪੁੱਛੇ ਕਿੱਥੋਂ ਦੀ ਕਿੱਥੋਂ ਤੇਰਾ ਕੇਸਰੀ ਆਲ ਕਹਿੰਦਾ ਸੀ ਦਸਾ ਦਿਨਾਂ ਦੀ ਗੱਲ ਆ ਉਹ ਅੱਜ ਤਾਂ 1.5 ਸਾਲ ਦੇ ਤਕਰੀਬਨ ਹੋਣ ਨੂੰ ਆ ਗਿਆ ਤੇਰੀ ਸਰਕਾਰ ਨੂੰ ਅਸੀਂ ਉਹ 10 ਦਿਨ ਢਿੱਕੀ ਜਾਂਨੇ ਆ ਜਿਸ ਦਿਨ ਜਿਹੜੇ ਵੱਡੇ ਵੱਡੇ ਨਸ਼ਾ ਤਖਸਰਾ ਚਿੱਟੇ ਵਿੱਚ ਨਾਲੇ ਆ ਅਸੀਂ ਵੇਖਦੇ ਫਿਰਦੇ ਆ ਵੀ ਕਿੱਦੇ ਉਹ ਬੰਦੇ ਜੇਲਾਂ ਦੇ ਵਿੱਚ ਹੋਣਗੇ ਅਸੀਂ ਉਹ ਚੀਜ਼ਾਂ ਵੇਖਦੇ ਫਿਰਦੇ ਆ ਕਿੱਥੋਂ ਆ ਰਿਹਾ ਕੌਣ ਬਣਾ ਰਿਹਾ ਸਾਨੂੰ ਅਜੇ ਤੱਕ ਇਹਦਾ ਪਤਾ ਨਹੀਂ ਲੱਗਿਆ ਅੰਦਰ ਕਰਨ ਦੀ ਤਾਂ ਬੜੀ ਦੂਰ ਦੀ ਗੱਲ ਰਹਿ ਗਈ ਆ ਭਗਵਾਨ ਤੇ ਮਾਨਸਿਆਂ ਬੜੀ ਦੂਰ ਦੀ ਗੱਲ ਰਹਿ ਗਈ ਆ ਸਾਨੂੰ ਦੱਸ ਹੁਣ ਜਿਹੜੇ ਪੰਜਾਬ ਦੇ ਲੋਕਾਂ ਦੀ ਮੈਂ ਗੱਲ ਕੀਤੀ ਸੀ ਕਿ ਇਹਨਾਂ ਨਾਲ ਐਂ ਹੋਣਾ ਚਾਹੀਦਾ ਇੱਕ ਬੰਦਾ 40000 ਰੁਪਇਆ ਤਨਖਾਹ ਲੈ ਰਿਹਾ ਉਹਨੂੰ ਮਹੀਨੇ ਦਾ ਜਾਂ 2 ਮਹੀਨੇ ਦਾ 3000 3500 ਬਿਜਲੀ ਦਾ ਬਿੱਲ ਆ ਗਿਆ ਚੀਕਾ ਮਾਰਨ ਲੱਗਾ ਤੇਰੇ ਫਿੱਟੇ ਲਾਂਤ ਤੇਰੇ ਇਹੋ ਜਿਹੇ ਜਿਹੜਾ ਬੰਦਾ ਬਿਜਲੀ ਦੇ ਬਿੱਲ ਤੋਂ ਪਹਿਲਾਂ ਚੀਕਾ ਮਾਰਦਾ ਸੀ ਫਿਰ ਜਿਹਦੇ ਕੋਲ 1.5 200 ਕਿੱਲਾ ਪੈਰੀ ਦਾ ਹੋਵੇ ਉਹ ਵੀ ਕਵੇ ਕਿ ਯੂਨਟ ਫਰੀ ਚਾਹੀਦੀ ਆ ਮੈਂ ਲੱਖ ਲਾਂਤ ਉਹਦੇ ਤੇ ਵੀ ਗਨੂੰਗਾ ਮੇਰੀ ਗੱਲ ਦਾ ਸਾਰੇ ਗੁੱਸਾ ਨਾ ਕਰੋ ਜੇ ਪਰ ਗੱਲ ਸਚਾਈ ਆ ਜਿਹੜਾ ਵਿਅਕਤੀ ਬਿੱਲ ਭਰਨ ਦੇ ਯੋਗ ਆ ਉਹ ਵੀ ਕਹੇ ਕਿ ਸਾਨੂੰ ਬਦਲਾਅ ਚਾਹੀਦਾ ਸਿਰਫ ਕਾਦੇ ਵਾਸਤੇ ਬਿਜਲੀ ਵਾਸਤੇ ਚੀਕਾਂ ਪੈਣ ਕੇ ਇੱਕ ਗਾਣਾ ਆਇਆ ਸੀਗਾ ਮਾਨਕ ਸਾਹਿਬ ਦਾ ਆਖੇ ਕੀੜੇ ਪਹਿਣ ਕੇ ਮਰेंगी ਸੱਪ ਲੜ ਕੇ ਮਿੱਤਰਾਂ ਨੂੰ ਧੋਖੇ ਦੇਣੀਆਂ ਇਹ ਗੱਲ ਹੁਣ ਪੰਜਾਬ ਦੇ ਲੋਕਾਂ ਨੂੰ ਕਹਿ ਰਿਹਾ ਮੈਂ ਕਿਉਂਕਿ ਜਿਹੜਾ ਮੈਨੂੰ ਇੱਕ ਕੱਲ ਇੱਕ ਬੱਸ ਖੜੀ ਸੀ ਰੋਡ 'ਤੇ ਅਰਨੀ ਵਾਲਾ ਸ਼ੇਖਸ਼ਬਾਨ ਖੜੀ ਸੀਗੀ ਉਹ ਖੜੀ ਪੈਂਚਰ ਪੁੰਚਰ ਲੱਗ ਰਹੀ ਸੀਗੀ ਤੇ ਮੈਨੂੰ ਉਹ ਨਾਲ ਦਾ ਮੁੰਡਾ ਦਾ ਕਹਿੰਦਾ ਕਿੱਥੇ ਜਾਣੀ ਆ ਉਹ ਤਾਂ ਉਹਨੇ ਆਖਿਆ ਵੀ ਪੈਟਰੋਲ ਪੰਪ ਦੇ ਕੋਲ ਮਤਲਬ ਉੱਥੇ ਉਹ ਟੈਟੂ ਠੀਕ ਹੋ ਰਿਹਾ ਸੀ ਉਹਦਾ ਨਾਲ ਹੀ ਉੱਥੇ ਦੁਕਾਨ ਮੈਂ ਆਖਿਆ ਕਬਾਰ ਚ ਜਾਣੀ ਆ ਉਹ ਹੱਸਣ ਲੱਗ ਗਿਆ ਮੈਂ ਕਿਹਾ ਹੱਸਣਾ ਇਹ ਕਬਾਰ ਚ ਜਾਊਗੀ ਕਬਾਰ ਚ ਕਹਿੰਦਾ ਕੌਣ ਕਰ ਲੂਗਾ ਮੈਂ ਆਖਿਆ ਪਹਿਲਾਂ ਨੀਤ ਜੀ ਦੀ ਖਰਾਬ ਹੋਵੇ ਉਹ ਕੌਣ ਆ ਕਹਿੰਦਾ ਕੀ ਪਤਾ ਮੈਂ ਆਖਿਆ ਮੁੱਖ ਮੰਤਰੀ ਦੂਜੀ ਜਿੱਦਾਂ ਦੀ ਨੀਤ ਖਰਾਬ ਹੋ ਆ ਲੋਕਾਂ ਦੀ ਦੋਨਾਂ ਤਰ੍ਹਾਂ ਦੀ ਨੀਤ ਖਰਾਬ ਹੋ ਚੁੱਕੀ ਆ ਰੋਡ 'ਤੇ ਜਾਣ ਵਾਲੇ ਸਮਿਆਂ ਦੇ ਵਿੱਚ ਕਬਾੜ ਚ ਜਾਊਗੀ ਨਾ ਜਾਵੇ ਤਾਂ ਮੈਨੂੰ ਕਹਦੇ ਜੋ ਜਾ ਤੂੰ ਐਵੇਂ ਫਿਰਦਾ ਫਿਰਦਾ ਸੀ ਇਹ ਰੋਡ 'ਤੇ ਜਿਹੜੀ ਬਾਤਾਂ ਮੈਂ ਪੰਜਾਬ ਦੇ ਲੋਕਾਂ ਨੂੰ ਕਹਿ ਰਿਹਾ ਇਹ ਗੱਲਾਂ ਕਿੰਨਾ ਕਿਤੇ ਤੁਹਾਡੇ ਤੇ ਲੱਗਦੀਆਂ ਮੈਂ ਤਾਂ ਦੱਸ ਰਿਹਾ ਅੱਜ ਟਿਕਟਾਂ ਫ੍ਰੀ ਕਰ ਦਿੱਤੀਆਂ ਟਿਕਟਾਂ ਫ੍ਰੀ ਹੋਣ ਦੇ ਨਾਲ ਕੀ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਨਾ ਤਾਂ ਸਾਡੇ ਇਸ ਵਿਭਾਗਮੇ ਦੇ ਵਿੱਚ ਸਾਡੇ ਬੱਚੇ ਨੌਕਰੀਆਂ ਲੱਗਣਗੇ ਕਿਉਂਕਿ ਇੱਕ ਬੱਸ ਤੋਂ ਲਗਭਗ ਤਿੰਨ ਤੋਂ ਚਾਰ ਬੰਦੇ ਨੌਕਰੀਆਂ ਲੱਗਦੇ ਸੀ ਸਰਕਾਰੀ ਉਹਦੇ ਵਿੱਚ ਹੋਇਆ ਕੀ ਕਿ ਜਦੋਂ ਬੱਸਾਂ ਨੂੰ ਕਰਾਇਆ ਉਹਨਾ ਬੰਦ ਹੋ ਜਾਊਗਾ ਤੇ ਆਪਣੇ ਆਪ ਹੀ ਸਭ ਕੁਝ ਬੰਦ ਹੋ ਜਾਣਾ ਤੇ ਜਿਹੜਾ ਪ੍ਰਾਈਵੇਟ ਬੱਸਾਂ ਦਾ ਕਰਾਇਆ ਵੀ ਵਧੂਗਾ ਉਹਨਾਂ ਦੇ ਸਮੇਂ ਦੇ ਵਿੱਚ ਜਦੋਂ ਇਹ ਕਬਾਰਤ ਜਾਣੀਆਂ ਕਿਉਂਕਿ ਤੁਹਾਡੇ ਕੋਲ ਕੋਈ ਵੀ ਹੱਲ ਨਹੀਂ ਰਹਿਣਾ ਜਦੋਂ ਇਹ ਬੱਸਾਂ ਕਬਾਰਤ ਜਾਣੀਆਂ ਉਹਦੇ ਹੱਕਦਾਰ ਸਰਕਾਰ ਤੇ ਲੋਕ ਦੋਨੇ ਹੋਣਗੇ ਯਾਦ ਰੱਖ ਲੋ ਜੇ ਗੱਲ ਬਿਜਲੀ ਦੀ ਕਰੀਏ ਤਾਂ ਜੇ ਅਸੀਂ ਗੱਲ ਕਰੀਏ ਬਿਜਲੀ ਦੀ ਤਾਂ ਬਿਜਲੀ ਦੀ ਇੱਕ ਗੱਲ ਯਾਦ ਰੱਖਿਆ ਜੇ ਕਿ ਬਿਜਲੀ ਦਾ ਕੰਮ ਕੀ ਹੋਣਾ ਕਿ ਜਿਹੜੀ ਬਿਜਲੀ ਆ ਅੱਜ ਤੁਹਾਨੂੰ ਫ੍ਰੀ ਦੇ ਦੇ ਕੇ ਦੇ ਦੇ ਕੇ ਕਿੰਨਾ ਚਿਰ ਫ੍ਰੀ ਦੇ ਦੇਣਗੇ ਅਕਸਰ ਤੁਸੀਂ ਸੋਚ ਕੇ ਤਾਂ ਵੇਖੋ 10 ਸਾਲ 20 ਸਾਲ 30 ਸਾਲ 40 ਸਾਲ ਤੁਸੀਂ ਕੋਈ ਉਤਰੇ ਨਖੁੱਤਰੇ ਤਾਂ ਹੈ ਨਹੀਂਗੇ ਵੀ ਤੁਹਾਡੇ ਬੱਚੇ ਨਹੀਂਗੇ ਜੇ ਤੁਹਾਡੇ ਵੇਖੋ ਮੈਂ ਮਾਫੀ ਚਾਹੁੰਦਾ ਜੇਕਰ ਮੇਰਾ ਸ਼ਬਦ ਕਿਸ ਨੂੰ ਗਲਤ ਲੱਗੇ ਜਿਹੜਾ ਕਿ ਛੜਾ ਛਾਂਡ ਤਾਂ ਹੈ ਨਹੀਂਗੇ ਆਪਾਂ ਜੇਕਰ ਛੜੇ ਛਾਂਡ ਹੋਈਏ ਤਾਂ ਕੱਲ ਨੂੰ ਬੱਚੇ ਨਾ ਹੋਣ ਕੱਲ ਨੂੰ ਤੁਹਾਡੇ ਵਿਆਹ ਛੱਡੀਆਂ ਹੋਣੇ ਮੈਂ ਨੌਂ ਚਵਾਰ ਨੂੰ ਕਹਿ ਰਿਆਂ ਫਿਰ ਤੁਹਾਡੇ ਬੱਚੇ ਔਰ ਤੁਹਾਡੇ ਪੋਤਰਿਆਂ ਤੇ ਗੱਲ ਰੱਖੋ ਹੋਊਗਾ ਕੀ ਆਉਣ ਵਾਲੇ ਸਮੇਂ ਦੇ ਵਿੱਚ ਜਿੱਥੇ ਤੱਕ ਮੇਰੀ ਸੋਚਣੀ ਹੈ ਜਿੰਨੀਕ ਜੇਕਰ ਝੂਠ ਹੋਈ ਤਾਂ ਮੈਨੂੰ ਨਹੀਂ ਲੱਗਦਾ ਪਰ ਇਹ ਝੂਠ ਹੋਊਗੀ ਜਦੋਂ ਮਹਿਕਮਾ ਦਿਨੋਂ ਦੇਨ ਘਾਟੇ ਚ ਜਾਊਗਾ ਤਾਂ ਫਿਰ ਭਾਈ ਸਾਹਿਬ ਇਹ ਸਰਕਾਰੀ ਬਿਜਲੀ ਪ੍ਰਾਈਵੇਟ ਹੋਊਗੀ ਫਿਰ ਤੁਹਾਡੇ ਘਰਾਂ ਚ ਚਿਪਾਂ ਵਾਲੇ ਮੀਟਰ ਲੱਗਣਗੇ ਯਾਦ ਰੱਖੋ ਜੇ ਮੇਰੀ ਗੱਲ ਫਿਰ ਕਿਆ ਕਰਨਗੇ ਰੀਚਾਰਜ ਖਤਮ ਹੋ ਗਿਆ ਰਾਤ ਦੇ 12 ਵਜੇ ਹੋਇਆ ਕਰਨਗੇ ਤੇ ਉਹਦੇ ਨਾਲ ਕੰਮ ਕੀ ਹੋ ਜਾਣਾ ਕਿ ਰਾਤ ਦੇ 12 ਵਜੇ ਬੱਚੇ ਚੀਕਾਂ ਮਾਰਨਗੇ ਤੁਹਾਡੇ ਇਹ ਆਉਣ ਵਾਲੇ ਸਮੇ ਤੁਸੀਂ ਫਿਰਦੇ ਕਿੱਧਰ ਆ ਕਿ ਜਦੋਂ ਸਰਕਾਰ ਆਈ ਇਹ ਹੀ ਕਹਿੰਦੀ ਰਹੀ ਅਸੀਂ ਚਿੱਟਾ ਬੰਦ ਕਰਾਂਗੇ ਪਰ ਹਰ ਥਾਂ ਅੱਜ ਵਿਕ ਰਿਆ ਅੱਜ ਪਿੰਡਾਂ ਦੇ ਵਿੱਚੋਂ ਲੋਕ ਨਹੀਂ ਉੱਠ ਰਹੇ ਕਿਸੇ ਨਾ ਕਿਸੇ ਪਿੰਡ ਦੇ ਵਿੱਚ ਵਿਕਰਿਆ ਹਰ ਪਿੰਡ ਦੇ ਵਿਅਕਤੀ ਨੂੰ ਪਤਾ ਪਰ ਇਹ ਤੁਹਾਨੂੰ ਬੋਲ ਬਾਣੀ ਬੋਲਣੀ ਪਊਗੀ ਜੇਕਰ ਝੋਟਿਆਰਗੇ ਅੰਦਰ ਸਿੱਟੇ ਜਾਣਗੇ ਆ ਜਿਹੜੇ ਆਪਣੇ ਮਾਨਸੇ ਵਾਲਾ ਝੋਟਾ ਤਾਂ ਮਾਨਸੇ ਅਰਗੇ ਝੋਟੇ ਅੰਦਰ ਸਿੱਟੇ ਜਾਣਗੇ ਇਕੱਲੇ ਮਾਨਸੇ ਝੋਟੇ ਨੂੰ ਅੰਦਰ ਨਹੀਂ ਸਿੱਟਿਆ ਇਹ ਪੰਜਾਬ ਦੇ ਹਰ ਇੱਕੋ ਵਿਅਕਤੀ ਨੂੰ ਡਰਾਇਆ ਗਿਆ ਜਿਹੜਾ ਵਿਅਕਤੀ ਨਸ਼ਾ ਬੰਦ ਕਰਾਉਣ ਨੂੰ ਫਿਰਦਾ ਸੀ ਜਿਹੜਾ ਆਪਦੇ ਪਿੰਡ ਦੇ ਵਿੱਚੋਂ ਉੱਤਾਂ ਕਰਨ ਨੂੰ ਫਿਰਦਾ ਸੀ ਉਹਨੂੰ ਡਰਾ ਦਿੱਤਾ ਗਿਆ ਉਹਨੂੰ ਡਰਾ ਕੇ ਘਰੇ ਬਿਠਾ ਦਿੱਤਾ ਗਿਆ ਪਰ ਮੈਂ ਹੁਣ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਾਂ ਕਿ ਜਗਾਵ ਦੀ ਜ਼ਮੀਰ ਜਿਹੜੀ ਕੇਸਰੀ ਵਾਲੇ ਨਾਲ ਫਾਸਦੀ ਗੋਲੀ ਪਾ ਕੇ ਥੋੜੀ ਸਵਾਦ ਦਿੱਤੀ ਆ ਇਹ ਜ਼ਮੀਰਾ ਜੇਕਰ ਦੂਜੀਆਂ ਸਰਕਾਰਾਂ ਦੀਆਂ ਮਰੀਆਂ ਸੀ ਤੇ ਜੇਕਰ ਤੁਹਾਡੀਆਂ ਜਾਉਂਦੀਆਂ ਫਿਰ ਚਿੱਟਾ ਜਿਹੜੇ ਵੇਚ ਨਾਲੇ ਉਹਨਾਂ ਨੂੰ ਕਿਉਂ ਨਹੀਂ ਫੜ ਰਹੇ ਤੇ ਫਿਰ ਜੇਕਰ ਤੁਹਾਡੀਆਂ ਜ਼ਮੀਰਾਂ ਮਰੀਆਂ ਹੋਈਆਂ ਤਾਂ ਫਿਰ ਤੁਸੀਂ ਉਹ ਜਿਹੜੇ ਬੰਦ ਕਰਾਉਣ ਤੁਸੀਂ ਉਹਨਾਂ ਨੂੰ ਅੰਦਰ ਕਰ ਰਹੇ ਆ ਮੈਂ ਤੁਹਾਨੂੰ ਇੱਥੇ ਇੱਕ ਗੱਲ ਕਹੂੰਗਾ ਭਗਵੰਤ ਮਾਨ ਜੀ ਤੁਹਾਡੇ ਬੋਲ ਆਏ ਤੁਹਾਡੇ ਪੁਰਾਣੇ ਬੋਲ ਚੈੱਕ ਕਰ ਲਓ ਲੋਕਾਂ ਨੂੰ ਤਬਾਹ ਨਾ ਕਰੋ ਮਿਲੂਗਾ ਕੀ ਤੁਹਾਨੂੰ ਕੀ ਮਿਲੂਗਾ ਆਏ ਦਿਨ ਮੈਂ ਇੱਕੋ ਤੁਹਾਨੂੰ ਗੱਲ ਕਹਿਣਾ ਯਾਦ ਰੱਖੋ ਜੇ ਦਰਖਤ ਕੱਟ ਲੋ ਜਿੰਨੇ ਕੱਤੀ ਦੇ ਆ ਕਹਿੰਦਾ ਇੱਕ ਇੱਕ ਦਰਖਤ ਕੱਟ-ਕੱਟ ਕੇ ਇੱਕ-ਇੱਕ ਕਰਦੇ ਸੌਆਂ ਤੇ ਪਹੁੰਚ ਗਏ ਸੌਆਂ-ਸੌਆਂ ਕਰਦੇ ਆ ਤੇ ਹਜ਼ਾਰਾਂ ਤੇ ਪਹੁੰਚ ਗਏ ਹਜ਼ਾਰਾਂ ਤੋਂ ਲੱਖਾਂ ਤੇ ਲੱਖਾਂ ਤੋਂ ਕਰੋੜਾਂ ਤੇ ਪਹੁੰਚ ਜਾਓਗੇ ਪਰ ਨੁਕਸਾਨ ਕਿਹਨੂੰ ਹੋਊਗਾ ਤੁਹਾਨੂੰ ਹੋਊਗਾ ਸਾਨੂੰ ਕੋਈ ਨੁਕਸਾਨ ਨਹੀਂ ਯਾਦ ਰੱਖੋ ਜਿਹੜੇ ਵੀ ਤੁਹਾਨੂੰ ਵਰਤ ਰਹੇ ਹੋਣਗੇ ਮੈਂ ਕੁ ਉਦਾਹਰਨ ਦੇ ਰਿਹਾ ਇੱਕ ਪੰਜਾਬ ਦਾ ਪਤੀਲੀ ਤੇ ਜਿਹੜਾ ਇਹ ਜਿਹੜਾ ਮਤਲਬ ਇਸ ਟਾਈਮ ਕਿਸੇ ਨੂੰ ਵਰਤ ਰਹੇ ਹੋਣਗੇ ਉਹ ਹੈਗੀ ਕੜਛੀ ਜਿੰਨਾ ਤੇਰੇ ਪੰਜਾਬ ਦੇ ਵਿੱਚ ਪਰ ਪੈਸੇ ਪਤਲੀ ਦੇ ਵਿੱਚ ਸਭ ਕੁਝ ਸਮਾਨ ਪਿਆ ਚਾਹੇ ਉਹ ਸਬਜੀ ਲਾ ਲੋ ਚਾਹੇ ਕੋਈ ਹਲਵਾਲਾ ਲਾ ਲੋ ਜਾਂ ਕੁਝ ਵੀ ਲਾ ਲੋ ਉਹ ਤੁਸੀਂ ਪਾ ਰਹੇ ਆ ਕੜਛੀ ਦੇ ਨਾਲ ਤੁਹਾਨੂੰ ਕੋਈ ਫੜ ਕੇ ਤੁਹਾਨੂੰ ਉਹਨੇ ਕੜਛੀ ਦਾ ਅਹੁਦਾ ਦਿੱਤਾ ਆ ਪਰ ਯਾਦ ਰੱਖੋ ਜੇ ਸਜਣੋ ਜੇ ਦਿਨ ਇਸ ਪਤਲੀ ਦੇ ਵਿੱਚੋਂ ਹਲਵਾ ਜਾਂ ਸਬਜੀ ਮੁੱਕ ਗਈ ਤਾਂ ਕੜਾਈ ਦਾ ਕੋਈ ਕੰਮ ਨਹੀਂ ਹੁੰਦਾ ਵੀ ਪਤਲੀ ਦੇ ਨਾਲ ਮੰਜਨਾਸਤੀ ਪਈ ਹੁੰਦੀ ਆ ਜੇਕਰ ਮੇਰੀ ਗੱਲ ਝੂਠਾ ਤੇ ਮੈਨੂੰ ਤੁਸੀਂ ਦੱਸ ਦਿਓ ਜੇ ਚਮਚੇ ਦਾ ਕੰਮ ਕੀ ਹੁੰਦਾ ਕਿ ਜਿੰਨਾ ਚਰ ਬਾਟੀ ਦੇ ਵਿੱਚ ਹੋਊਗਾ ਉਹਨੂੰ ਖਾਈ ਜਾਣਗੇ ਚਮਚਾ ਕਹਿੰਦਾ ਮੈਂ ਤਾਂ ਮੂੰਹ 'ਚ ਰੱਖਦੇ ਆ ਕਦੇ ਮੈਨੂੰ ਕੌਲੀ 'ਚ ਪਾਉਂਦੇ ਆ ਮੈਨੂੰ ਤਾਂ ਮ제 ਮ제 ਆ ਨਹੀਂ ਯਾਦ ਰੱਖ ਜਦੋਂ ਬਾਟੀ ਦੇ ਵਿੱਚੋਂ ਕੜਾ ਜਾਂ ਸਬਜ਼ੀ ਖਤਮ ਹੋ ਗਈ ਤਾਂ ਚਮਚਾ ਵੀ ਜਾ ਕੇ ਉਹ ਭਾਂਡੇ ਵਾਲੇ ਥਾਂ ਤੇ ਪਿਆ ਹੋਊਗਾ ਜਿੱਥੇ ਝੂਠੇ ਮਿੱਠੇ ਸਾਰਿਆਂ ਦੇ ਭਾਂਡੇ ਪਏ ਆ ਯਾਦ ਰੱਖ ਲੋ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਅਸੀਂ ਤਬਾਹ ਹੋਵਾਂਗੇ ਤਾਂ ਯਾਦ ਰੱਖਣਾ ਤੁਸੀਂ ਵੀ ਸਾਡੇ ਆ ਸਾਡੇ ਨਾਲ ਹੀ ਪਏ ਹੋਗੇ ਨਾ ਤਾਂ ਤੁਹਾਨੂੰ ਉਹਨਾਂ ਨੇ ਫੜਨਾ ਜਿਨ੍ਹਾਂ ਦੇ ਕਹਨੇ ਚ ਚੱਲੋਗੇ ਨਾ ਹੀ ਤੁਹਾਨੂੰ ਅਸੀਂ ਫੜਨਾ ਕਿਉਂਕਿ ਸਾਡੇ ਤੁਸੀਂ ਖਿਲਾਫ ਚੱਲੇ ਹੋਗੇ ਯਾਦ ਰੱਖ ਲਓ ਡੁੱਬ ਕੌਣ ਜਾਊਗਾ ਅਸੀਂ ਤਾਂ ਡੁੱਬੇ ਡਪਾਏ ਆ ਪਰ ਡੁੱਬਣਗੇ ਉਹ ਵੀ ਜਿਹੜੇ ਸਾਨੂੰ ਡੋਬਣ ਤੇ ਲੱਗੇ ਹੋਏ ਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਭਗਵੰਤ ਮਾਨਸਿਆ ਬੋਲ ਹੱਲਾ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਤੈਨੂੰ ਬਚਾਉਣ ਆਸਤੇ ਲਿਆਂਦਾ ਸੀ ਪਰ ਇਸ ਟਾਈਮ ਪੰਜਾਬ ਦੇ ਲੋਕ ਤੇਰੇ ਤੋਂ ਦੁਖੀ ਹੋਗੇ ਸੋਚ ਗੱਲ ਕਿੱਧਰ ਨੂੰ ਗਈ